ਦੇਖੋ ਇਸ ਤਰ੍ਹਾਂ ਵਾ ਕਿ ਇੱਕ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮਿਨਿਸਟਰ ਇੱਕ ਬਹੁਤ ਸੀਰੀਅਸ ਆਪੱਤੀਜਨਕ ਵੈਰੀ ਵੈਰੀ ਹਾਈਲੀ ਓਬਜੈਕਸ਼ਨੇਬਲ ਵੀਡੀਓ ਕਲਿਪਸ ਮੈਨੂੰ ਕਿਸੇ ਬਹੁਤ ਜ਼ਿੰਮੇਵਾਰ ਆਦਮੀਆਂ ਨੇ ਦਿੱਤੀ ਸੀ ਜਿਹੜੀ ਕਿ ਦੇਖਣ ਯੋਗ ਨਹੀਂ ਹੈ ਜਿਹਨਾਂ ਨੂੰ ਤੁਸੀਂ ਮਤਲਬ 10-15-20 ਸੈਕਿੰਡ ਅੱਧਾ ਮਿੰਟ ਵੀ ਨਹੀਂ ਦੇਖ ਸਕਦੇ ਇੰਨੇ ਓਬਜੈਕਸ਼ਨੇਬਲ ਵੀਡੀਓਜ਼ ਦੋ ਛੋਟੇ ਛੋਟੇ ਕਲਿਪਸ ਨੇ 4 ਮਿੰਟ ਦਾ ਹੈ 8 ਮਿੰਟ ਦਾ ਹੈ ਮੈਂ ਆਪਣਾ ਮਾਈਂਡ ਅਪਲਾਈ ਕਰਨ ਤੋਂ ਬਾਅਦ ਕਿਉਂਕਿ ਅਗਰ ਇਸ ਤਰ੍ਹਾਂ ਦਾ ਵੀਡੀਓ ਕਲਿਪ ਸੋਸ਼ਲ ਮੀਡੀਆ ਦੇ ਉੱਤੇ ਸਰਕੂਲੇਟ ਹੋਵੇਗਾ ਤਾਂ ਪਤਾ ਨਹੀਂ ਇਹਦਾ ਕਿੰਨਾ ਨੈਗੇਟਿਵ ਇੰਪੈਕਟ ਜਾਵੇਗਾ ਬੱਚਿਆਂ ਤੇ ਔਰਤਾਂ ਤੇ ਨੌਜਵਾਨਾਂ ਤੇ ਸੋ ਮੈਂ ਆਪਣਾ ਮਾਈਂਡ ਅਪਲਾਈ ਕਰਕੇ ਸੋਚਣ ਵਿਚਾਰਨ ਤੋਂ ਬਾਅਦ ਇਹ ਵੀਡੀਓ ਕਲਿਪਸ ਜਿਹੜੇ ਨੇਗੇ ਮੈਂ ਪੰਜਾਬ ਦੇ ਆਨਰੇਬਲ ਗਵਰਨਰ ਸਾਹਿਬ ਨੂੰ ਹੈਂਡ ਓਵਰ ਕਰ ਦਿੱਤੇ ਆ ਵਿਦ ਅ ਫਾਰਮਲ ਕੰਪਲੇਂਟ ਔਰ ਮੈਂ ਉਸ ਕੰਪਲੇਂਟ 'ਤੇ ਲਿਖਿਆ ਵਾ ਕਿ ਤੁਸੀਂ ਇਹਨਾਂ ਵੀਡੀਓ ਕਲਿਪਸ ਨੂੰ ਅੱਛੇ ਤਰੀਕੇ ਨਾਲ ਪਹਿਲਾਂ ਇਹਨਾਂ ਦੀ ਵੈਰੀਫਿਕੇਸ਼ਨ ਕਰਾਓ ਇਹਨਾਂ ਦੀ ਔਥੈਂਟਿਸਿਟੀ ਚੈੱਕ ਕਰੋ ਹਾਲਾਂਕਿ ਮੈਂ ਜਿੰਨਾ ਕੁ ਮੈਂ ਦੇਖਿਆ ਉਸ ਨੂੰ ਦੇ ਆਰ 100% ਔਥੈਂਟਿਕ ਬਟ ਫਿਰ ਵੀ ਕਿਸੇ ਫੋਰੈਂਸਿਕ ਲੈਬੋਰੇਟਰੀ ਦੀ ਕਿਸੇ ਸਾਈਬਰ ਸੈੱਲ ਜਿਹੜਾ ਪੁਲਿਸ ਦਾ ਹੁੰਦਾ ਉਹਦੀ ਵੈਰੀਫਿਕੇਸ਼ਨ ਹੋਣੀ ਬਹੁਤ ਲਾਜ਼ਮੀ ਤੇ ਬਹੁਤ ਜ਼ਰੂਰੀ ਮੈਂ ਸਮਝਦਾ ਐਜ਼ ਅ ਰਿਸਪੋਨਸੀਬਲ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਇਹ ਅਸੀਂ ਅੱਜ ਉਹਨਾਂ ਨੂੰ ਹੈਂਡ ਓਵਰ ਕੀਤੇ ਆ ਔਰ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਤੁਹਾਡੇ ਕੋਲ ਚੱਲ ਕੇ ਇਸ ਕਰਕੇ ਆਏ ਆ ਕਿ ਅਗਰ ਅਸੀਂ ਇਹੀ ਵੀਡੀਓ ਕਲਿਪ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਦੇ ਦਿਆਂਗੇ ਉਹਨਾਂ ਨੇ ਇਹ ਸਾਰੇ ਮਾਮਲੇ ਨੂੰ ਰਫਾ ਦਫਾ ਕਰ ਦੇਣਾ ਇਹਨੂੰ ਦਬਾ ਦੇਣਾ ਵਾ ਕਿਉਂਕਿ ਉਹਨਾਂ ਦੀ ਜਿਹੜੀ ਨਿਰਪੱਖਤਾ ਹੈ ਉਹ ਡਾਊਟਫੁਲ ਹੋ ਗਈ ਹੈ ਉਹਨਾਂ ਦਾ ਰਵੱਈਆ ਜਿਹੜਾ ਪਿਛਲੇ 1 ਸਾਲ ਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਤੇ ਪੁਲਿਸ ਦਾ ਉਹ ਕੇਵਲ ਵਿਰੋਧੀਆਂ ਦੇ ਉੱਤੇ ਵਾਰ ਕੀਤੇ ਜਾ ਰਹੇ ਨੇ ਪਰਚੇ ਦਰਜ ਕੀਤੇ ਜਾ ਰਹੇ ਨੇ ਉਹਨਾਂ ਨੂੰ ਵਿਜੀਲੈਂਸ ਇਨਕੁਆਇਰੀਆਂ ਕੀਤੀਆਂ ਜਾ ਰਹੀਆਂ ਲੇਕਿਨ ਕੋਈ ਵੀ ਰੂਲਿੰਗ ਪਾਰਟੀ ਦੇ ਖਿਲਾਫ ਜਦੋਂ ਕੋਈ ਕੰਪਲੇਂਟ ਆਉਂਦੀ ਆ ਚਾਹੇ ਉਹ ਫੌਜਾ ਸਿੰਘ ਸਰਾਰੀ ਹੈ ਚਾਹੇ ਉਹ ਕੋਟਫੱਤਾ MLA ਸੀਗਾ ਉਹਨੂੰ ਪਹਿਲਾਂ ਠੰਡੇ ਬਸਤੇ 'ਚ ਪਾਇਆ ਜਾਂਦਾ ਉਹਨੂੰ ਪੂਰਾ ਦਬਾਇਆ ਜਾਂਦਾ ਕਿ ਕਿਸੇ ਤਰੀਕੇ ਨਾਲ ਸਾਡੇ ਬੰਦੇ ਜਿਹੜੇ ਬਚ ਜਾਣ ਇਸ ਕਰਕੇ ਮੈਂ ਗਵਰਨਰ ਸਾਹਿਬ ਨੂੰ ਇਹ ਵੀ ਕਿਹਾ ਕਿ ਮੈਨੂੰ ਸਾਨੂੰ ਮਜਬੂਰ ਹੋ ਕੇ ਤੁਹਾਡੇ ਕੋਲ ਆਉਣਾ ਪਿਆ ਕਿਉਂਕਿ ਤੁਸੀਂ ਹੈਗੇ ਹੋ ਕੰਸਟੀਟਿਊਸ਼ਨਲ ਹੈੱਡ ਆਫ ਦਾ ਪੰਜਾਬ ਗਵਰਨਮੈਂਟ ਤੁਸੀਂ ਇਸ ਦੀ ਸਾਰੀ ਜਾਂਚ ਇਸ ਓਬਜੈਕਸ਼ਨੇਬਲ ਆਪੱਤੀਜਨਕ ਵੀਡੀਓ ਕਲਿਪਸ ਦੀ ਤੁਸੀਂ ਕਿਰਪਾ ਕਰਕੇ ਕਰਵਾਓ ਫਰੋਮ ਦਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਪੁਲਿਸ ਉਹਨਾਂ ਨੇ ਕਾਫੀ ਹੱਦ ਤੱਕ ਮੇਰੀ ਗੱਲ ਨੂੰ ਸਮਝਿਆ ਸੁਣਿਆ ਔਰ ਇਹ ਮਹਿਸੂਸ ਕੀਤਾ ਕਿ ਹਾਂ ਇਹਦੀ ਇੱਕ ਸਾਈਬਰ ਸੈੱਲ ਤੋਂ ਜਾਂ ਫੋਰੈਂਸਿਕ ਲੈਬ ਤੋਂ ਇਹਨਾਂ ਵੀਡੀਓ ਕਲਿਪਸ ਦੀ ਜਾਂਚ ਹੋਣੀ ਚਾਹੀਦੀ ਆ ਔਰ ਜਾਂਚ ਉਪਰੰਤ ਮੈਂ ਜੇ ਲੱਗਿਆ ਤੁਹਾਨੂੰ ਕਿ ਜਾਂਚ ਕਰੈਕਟ ਹੋ ਗਈ ਆ ਵੈਰੀਫਿਕੇਸ਼ਨ ਹੋ ਗਈ ਆ ਵੀਡੀਓ ਕਲਿਪਸ ਔਥੈਂਟਿਕ ਨੇ ਤਾਂ ਫਿਰ ਇਸ ਤਰ੍ਹਾਂ ਦੇ ਮਿਨਿਸਟਰ ਨੂੰ ਕੈਬਨਿਟ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਤੁਸੀਂ ਪਹਿਲਾਂ ਮੈਂ ਕਿਹਾ ਅੱਛੀ ਤਰ੍ਹਾਂ ਤਸਦੀਕ ਕਰੋ ਵੈਰੀਫਾਈ ਕਰੋ ਕਿ ਤੁਹਾਨੂੰ ਲੱਗਦਾ ਕਿ ਗਲਤ ਆ ਤੇ ਫਿਰ ਤੁਸੀਂ ਚੀਫ ਮਿਨਿਸਟਰ ਸਾਹਿਬ ਨੂੰ ਲਿਖੋ ਭਗਵੰਤ ਸਿੰਘ ਮਾਨ ਨੂੰ ਦੈਟ ਇਟ ਸ਼ੁੱਡ ਬੀ ਡ੍ਰੌਪਡ ਫਰੋਮ ਦਾ ਕੈਬਨਿਟ ਐਂਡ ਆਲਸੋ ਅਗਰ ਕੋਈ ਕ੍ਰਿਮੀਨਲ ਪ੍ਰੋਸੀਡਿੰਗਸ ਬਣਦੀਆਂ ਇਸ ਤਰ੍ਹਾਂ ਦੇ ਜਿਹੜੇ ਸੈਕਸ਼ੂਅਲ ਮਿਸਕੰਡਕਟ ਦੀਆਂ ਤਾਂ ਫਿਰ ਤੁਸੀਂ ਇਹ ਜਿਹੜਾ ਹੈਗਾ ਉਹਦੇ ਖਿਲਾਫ ਬਣਦੀ ਕਾਰਵਾਈ ਦਾ ਵੀ ਲਿਖੋ ਉਹਨਾਂ ਨੂੰ ਇਕੱਲਾ ਡਿਸਮਿਸਲ ਨਹੀਂ ਹੈ ਕਿਉਂਕਿ ਇਹ ਐਕਸਪਲੋਇਟੇਸ਼ਨ ਦਾ ਮੈਟਰ ਆ ਰਿਹਾ ਔਰ ਇਸ ਤਰ੍ਹਾਂ ਦਾ ਜਿਹੜਾ ਮਿਸਕੰਡਕਟ ਆ ਇਹਦੇ ਤੇ ਬਣਦੀ ਕ੍ਰਿਮੀਨਲ ਪ੍ਰੋਸੀਡਿੰਗਸ ਵੀ ਲਾਂਚ ਕੀਤੀਆਂ ਜਾਣੀਆਂ ਇਹ